जिला गुरदासपुर में बीते देर रात कई इलाकों में मौसम ने अपना मिजाज बिल्कुल बदल लिया और वहीं यहां कुछ इलाकों में बारिश हुई वहीं कुछ इलाकों में तेज बारिश के साथ ओले भी पड़े हैं जिसकी वजह से सबसे ज्यादा नुकसान धान की खड़ी फसल का हुआ जो कटाई के लिए बिल्कुल तैयार थी इसको लेकर किसानों में मायूसी पाई जा रही है और किसान मांग कर रहे हैं कि उनको राज्य सरकार उनके हुए इस नुकसान का मुआवजा दे वहीं गुरदासपुर के कुछ इलाके जिनमें बटाला के नजदीक गांव रसूलपुरा मसानिया बहादुर सैन पुराना पिंड आदि में तेज बारिश और ओले पड़ने की वजह से किसानों को मायूस किया है बटाला ऐसी रशपाल सिंह आजाद टीवी न्यूज बहुत ज्यादा रात बारह बजे गला पैर झोने ऊपर गला चढ़ गया ਇਹਨਾਂ ਸਰਕਾਰੀ ਬੋਲੀ ਨਾ ਆਉਣਾ ਅਸੀਂ 2-4 ਦਿਨ ਲੇਟ ਹੋ ਗਏ ਨਹੀਂ ਵਢੇ ਗਏ ਸਭ ਝੋਨੇ ਆ ਡੇ ਲੇਟ ਗਏ ਨੇ ਇਹਨਾਂ ਨੂੰ ਸਾਡੇ 4-4 ਏਕੜ ਵਾਲੇ ਅਸੀਂ ਜ਼ਿੰਮੇਵਾਰ ਆ ਜਿਹੜੇ ਕਿਸੇ ਵਢਾਈ ਦਾ ਮੁੱਲ ਵੀ ਨਹੀਂ ਹੁਣ ਦੇ ਸਕਦੇ ਇਹ ਗਵਰਨਮੈਂਟ ਅੱਗੇ ਇਹੋ ਬੇਨਤੀ ਕਰਨਾ ਪਿਆ ਸਾਨੂੰ ਖਰਾਬਾ ਦਿੱਤਾ ਜਾਏ ਨਸਾਨੀਆਂ ਮਨੋਰਪੁਰ ਰਿਆੜ ਸਾਰੇ ਪਿੰਡਾਂ ਦੇ ਰਾਰ 12 ਵਜੇ ਕਾਲਾ ਪਿਆ ਜਿਹੜਾ ਬਹੁਤ ਨੁਕਸਾਨ ਹੋਇਆ ਵਾ ਜਿਹੜਾ ਝੋਨਾ ਲੇਟ ਕਰਨ ਲੱਗਾ ਉਹਦੇ ਕਰਕੇ ਪੱਕਾ ਨਹੀਂ ਮਲੋ ਸਰਕਾਰੀ ਬੋਲੀ ਨਹੀਂ ਆਈ ਮੌਚਰ ਕਰਕੇ ਅਸੀਂ ਵਢਾਇਆ ਨਹੀਂ ਪੱਕੇ ਝੋਨੇ ਤੇ ਉਹਦੇ ਕਰਕੇ ਬਹੁਤ ਨੁਕਸਾਨ ਹੋਇਆ ਨੂੰ ਉਜਾ ਦਿੱਤਾ ਜਾਵੇ ਸਰਕਾਰ ਵੱ ਸਾਡੀ ਭਾਜੀ ਸਾਰੀ ਖਰਾਬ ਹੋ ਗਈ 20 20% ਰਹਿ ਗਿਆ ਉਹ ਦੱਸ ਉਹ ਅੱਜ ਰਾਤ ਤਕਰੀਬਨ 12:15 ਤੇ ਪ੍ਰਮਾਤਮਾ ਦੀ ਕਰੋਪੀ ਗੜੇਮਾਰ بارش ਜੋ ਤੇ ਬਹੁਤ ਹੀ ਜ਼ਿਆਦਾ ਕਿਉਂਕਿ ਆਪਣੀ ਸੰਭਾਲ ਦੇ ਵਿੱਚ ਜਿੰਨੀ ਕਿ ਸਾਡੀ ਲਾਈਫ ਵਿੱਚ ਪਹਿਲੀ ਵਾਰੀ ਦੇਖਿਆ ਗਿਆ ਵੀ ਇੰਨੇ ਗੜੀ ਗੜੇ ਮਤਲਬ ਬਹੁਤ ਹੀ ਜ਼ਿਆਦਾ ਗਿੰਦੀ ਚ ਪਏ ਜਿਨ੍ਹਾਂ ਨਾਲ ਸਾਡੇ ਆ ਸਾਰੇ ਘਰ ਚ ਇਹਨਾਂ ਨੇ ਮੂਵੀ ਬਣਾਉਣ ਵਾਲੇ ਮੇਰੇ ਵੀਰਾਂ ਨੇ ਦੇਖਿਆ ਦਰਖਤਾਂ ਦੇ ਪੱਤੇ ਫਸਲ ਦਾ ਝੋਨੇ ਦਾ ਇੰਨਾ ਕਿ ਨੁਕਸਾਨ ਹੋਇਆ ਵੀ 100% ਹੀ ਦਾਣਾ ਜਿਹੜਾ ਨਹੀਂ ਕਿਰ ਗਿਆ ਜੋ ਕਿ ਪਹਿਲੇ ਹੀ ਜ਼ਿਮੀਂਦਾਰ ਬੜੀ ਕਰੋਪੀ ਚ ਬੜੇ ਕਰਜ਼ੇ ਚ ਬੜੀਆਂ ਮੁਸ਼ਕਲਾਂ ਚ ਦਬੇ ਹੋਏ ਆ ਜਿਨ੍ਹਾਂ ਦੀ ਵੈਸੇ ਹੀ ਬੜੀ ਹਾਲਤ ਬਹੁਤ ਪਤਲੀ ਹੋਈ ਆ ਔਰ ਇਸ ਸਮੇਂ ਮਾਰ ਨਾਲ ਸਾਡੀ ਪੈਡੀ ਦੀ ਸਾਡੇ ਝੋਨੇ ਦੀ ਦਬਰਬਾਦੀ ਨਾਲ ਬਹੁਤ ਹੀ ਲੱਕ ਟੁੱਟ ਗਿਆ ਜ਼ਿਮੀਂਦਾਰ ਦਾ ਕਿਉਂਕਿ ਇਹਨਾਂ ਨੂੰ ਖੜੇ ਹੋਣਾ ਬਹੁਤ ਮੁਸ਼ਕਲ ਹੋ ਗਿਆ ਕਿਉਂਕਿ ਅੰਦਰੂਨੀ ਤੌਰ ਤੇ ਆਪਾਂ ਦੇਖਦੇ ਆਂ ਪੀਐਸ ਫਸਲ ਦੇ ਨਾਲ ਲੋਕਾਂ ਨੇ ਬਹੁਤ ਹੀ ਆਪਣੀਆਂ ਲੋੜਾਂ ਪਰਿਵਾਰਕ ਲੋੜਾਂ ਬੱਚਿਆਂ ਦੀਆਂ ਲੋੜਾਂ ਵਿਆਹ ਸ਼ਾਦੀਆਂ ਦੀਆਂ ਦੂਜੀਆਂ ਤੇ ਜੇ ਬੜੀਆਂ ਅਸਰ ਰੱਖ ਜਾਂਦੀਆਂ ਜਿੱਤੇ ਸਾਰਾ ਪਾਣੀ ਫਿਰ ਗਿਆ ਔਰ ਬੜੀ ਮੁਸ਼ਕਲ ਨਾਲ ਉੱਠੇ ਤੇ ਪਹਿਲੇ ਹੀ ਕਿਸਾਨ ਹੈ ਨਹੀਂ ਕਿਉਂਕਿ ਸਰਕਾਰਾਂ ਵੀ ਜਿੰਨੇ ਕੁ ਜੋਗੀਆਂ ਆਈਆਂ ਕਰਦੀਆਂ ਪਰ ਕਿੰਨਾ ਕਰ ਸਕਦੀਆਂ ਨੇ ਅੱਗੇ ਮਾਰ ਬੜੀ ਸ਼ੁਰੂ ਤੋਂ ਹੀ ਕਿਸਾਨਾਂ ਨੂੰ ਪੈਂਦੀ ਆ ਰਹੀ ਹੈ ਜਦੋਂ ਦੇ ਕਿਸਾਨ ਮਤਲਬ ਇੱਥੇ ਆਪਣੀ ਫਸਲ ਦੇ ਸ਼ੁਰੂ ਹੋਏ ਆ ਜਾਂ ਜਦੋਂ ਦੇ ਹਿੰਦੁਸਤਾਨ ਯਾਦ ਹੋਇਆ ਕਿਸਾਨਾਂ ਨਾਲ ਤੱਕਾ ਹੀ ਹੁੰਦਾ ਆ ਹੁਣ ਤੱਕ ਨਾ ਕੋਈ ਸਰਕਾਰ ਨੇ ਕੀਤਾ ਤੇ ਕਰੋਪੀ ਪਰਮਾਤਮਾ ਦੀ ਵੀ ਕਦੀ ਕਦੀ ਇੰਨੀ ਕਾਜਾ ਹੋ ਜਾਂਦੀ ਹੈ ਕਿ ਕਿਸਾਨ ਉਠ ਹੀ ਨਹੀਂ ਸਕਦਾ ਔਰ ਅੱਜ ਦੀ ਜਿਹੜੀ ਅੱਜ ਰਾਤ ਗੜੇਮਾਰ ਹੋਈ ਹੈ ਉਹਦੇ ਨਾਲ ਤਕਰੀਬਨ ਸਾਡੇ ਮਸਾਨੀਆਂ ਚ 500 ਏਕੜ ਫਸਲ ਜਿਹੜੀ ਹੈ ਨਾ ਸੋ 100% 100% ਹੀ ਬਰਬਾਦ ਹੋ ਗਈ ਹੈ ਜੋ ਕਿ ਤੁਹਾਡੀ ਕੈਮਰੇ ਵਿੱਚ ਮੂਵੀ ਵਿੱਚ ਮੇਰੇ ਇਹਨਾਂ ਨੇ ਚੈਨਲ ਵਾਲੇ ਵੀਰਾਂ ਨੇ ਫਿਜ਼ੀਕਲ ਤੌਰ ਤੇ ਝੋਨੇ ਦੇ ਵਿੱਚ ਖੇਤਾਂ ਚ ਜਾ ਕੇ ਦੇਖਿਆ ਗਿਆ ਔਰ ਇਤਨਾ ਕਿਸਾਨ ਦਾ ਉਠਣਾ ਔਰ ਹੋਣਾ ਬਹੁਤ ਹੀ ਮੁਸ਼ਕਲ ਹੈ ਅਸੀਂ ਤੇ ਇੱਕ ਸਰਕਾਰ ਕੋ ਵੀ ਚਾਹਾਂਗੇ ਕਿ ਉਹ ਇਹਨਾਂ ਨੂੰ ਕੁਛ ਨਾ ਕੁਛ ਬੰਦਾ ਮੁਆਵਜ਼ਾ ਜਾਂ ਕੋਈ ਫੈਸਿਲਿਟੀ ਦਿੱਤੀ ਜਾਵੇ ਜਿੱਦ ਨਾਲ ਥੋੜੀ ਬੋਧ ਇਹਨਾਂ ਦਾ ਆਸਰਾ ਹੋਵੇ